ਦੋਸਤੋ, ਮੈਂ ਧਰਮਾ ਹਰਿਆਊ ਅਰੰਗ ਪੰਜਾਬ ਦੇ ਯੂਟਿਊਬ ਚੈਨਲ ਤੋਂ। ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਪੰਜਾਬ ਦੇ ਨਾਲ ਜਾਂ ਕਿਸੇ ਵੀ ਖੇਤਰ ਦੇ ਨਾਲ ਇਹ ਸੰਬੰਧਿਤ ਵੀਡੀਓ ਅਤੇ ਸ਼ਖਸ ਤੁਹਾਨੂੰ ਮਿਲਾਉਂਦੇ ਰਹੀਏ। ਸੋ ਉਸ ਵਾਰ ਅਸੀਂ ਕੋਸ਼ਿਸ਼ ਕੀਤੀ ਹੈ ਕਿ ਜਿਸ ਤਰ੍ਹਾਂ ਸੰਨ 1947 ਦਾ ਸੰਤਾਪ ਆਪਾਂ ਨੇ ਸੁਣਿਆ, ਫਿਲਮਾਂ ਦੇ ਵਿੱਚ ਵੇਖਿਆ, ਅਤੇ ਅੱਜ ਅਸੀਂ ਉਸ ਸ਼ਖਸ ਨੂੰ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਸੰਨ 1947 ਦੇ ਸੰਤਾਪ ਨੂੰ ਆਪਣੇ ਪਿੰਡੇ 'ਤੇ ਹੰਢਾਇਆ ਵੀ ਹੈ ਅਤੇ ਵੇਖਿਆ ਵੀ ਹੈ, ਜਿਨ੍ਹਾਂ ਨੇ ਅੱਖੀਂ ਵੇਖਿਆ ਅਤੇ ਉਹਨਾਂ ਦਿਨਾਂ ਦੇ ਵਿੱਚ ਉਹ ਉੱਧਰੋਂ ਪਾਕਿਸਤਾਨ ਦੇ ਵਿੱਚੋਂ ਇੱਧਰ ਆ ਕੇ ਵਸੇ ਭਾਰਤ ਦੇ ਵਿੱਚ। ਸੋ ਉਹਨਾਂ ਦੇ ਨਾਲ ਅਸੀਂ ਤੁਹਾਡੀ ਗੱਲ ਕਰਵਾਉਣ ਜਾ ਰਹੇ ਹਾਂ, ਉਹਨੇ ਸਰਦਾਰ ਸੁੱਚਾ ਸਿੰਘ ਜੀ ਚਹਿਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਬਾਪੂ ਜੀ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਹੋ? ਸਭ ਠੀਕ ਹੈ ਜੀ। ਚਲੋ ਸ਼ੁਕਰਿਆ ਜੀ। ਅਤੇ ਸਾਨੂੰ ਪਤਾ ਲੱਗਿਆ ਬਾਪੂ ਜੀ ਕਿ ਜਦੋਂ ਸੰਨ 1947 ਦਾ ਜਿਹੜਾ ਉਹ ਦੁਖਾਂਤ ਵਾਪਰਿਆ, ਹਾਂਜੀ, ਤੁਸੀਂ ਉਸਨੂੰ ਆਪਣੇ ਪਿੰਡੇ 'ਤੇ ਹੰਢਾਇਆ, ਅਤੇ ਤੁਹਾਡੀ ਉਮਰ ਕਿੰਨੀ ਸੀ ਜੀ ਉਸ ਟਾਈਮ 'ਤੇ? ਉਸ ਵੇਲੇ ਮੇਰੀ 15-16 ਸਾਲ ਦੀ। 15-16 ਸਾਲ ਦੀ ਲਗਭਗ? ਲਗਭਗ ਜੀ ਜੀ। ਅਤੇ ਤੁਹਾਡਾ ਪਿੰਡ ਕਿਹੜਾ ਸੀ ਜੀ ਉੱਧਰ? ਤੁਸੀਂ ਪੂਰਾ ਐਡਰੈਸ ਹੈ ਜਿਹੜਾ ਉਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਅੱਛਾ, ਦੱਸ ਦਿਓ। ਸਾਡਾ ਪਿੰਡ ਸੀ ਪਾਕਿਸਤਾਨ ਦੇ ਵਿੱਚ ਨੂਰਪੁਰ ਚਹਿਲ। ਨੂਰਪੁਰ ਚਹਿਲ ਜੀ, ਹਾਂਜੀ। ਅਤੇ ਜ਼ਿਲ੍ਹਾ ਸਾਡਾ ਗੁਜਰਾਂਵਾਲਾ ਤੇ। ਗੁਜਰਾਂਵਾਲਾ ਜ਼ਿਲ੍ਹਾ? ਹਾਂ, ਤਹਿਸੀਲ ਵਾ ਜ਼ਿਲ੍ਹਾ ਗੁਜਰਾਂਵਾਲਾ ਤੇ। ਤਹਿਸੀਲ ਵੀ ਤੇ ਜ਼ਿਲ੍ਹਾ ਵੀ ਗੁਜਰਾਂਵਾਲ, ਤੇ ਪਿੰਡ ਸੀ ਨੂਰਪੁਰ ਚਹਿਲ। ਨੂਰਪੁਰ ਚਹਿਲ, ਹਾਂ ਜੀ। ਸੋ ਜਿਸ ਟਾਈਮ 'ਤੇ ਇਹ ਜੋ 1947 ਵਾਲਾ ਵਾਕਿਆ ਹੋਇਆ, ਤੁਹਾਨੂੰ ਪਹਿਲਾਂ ਦੱਸ ਦਿੱਤਾ ਗਿਆ ਸੀ ਜਾਂ ਤੁਹਾਨੂੰ ਮੌਕੇ 'ਤੇ ਭੱਜਣਾ ਪਿਆ? ਉਸ ਟਾਈਮ 'ਤੇ ਕਿਸ ਤਰ੍ਹਾਂ ਦਾ ਮਾਹੌਲ ਸੀ ਉਹ ਸਾਨੂੰ ਜ਼ਰੂਰ ਦੱਸੋ। ਨਹੀਂ, ਦੱਸਣਾ ਤਾਂ ਸਾਨੂੰ ਪਹਿਲਾਂ ਪਤਾ ਲੱਗਦਾ ਰਹਿੰਦਾ ਸੀ ਵੀ ਸਾਨੂੰ ਪਾਕਿਸਤਾਨ ਜਾਣਾ ਪਏਗਾ ਜੀ। ਕੁਛ ਬੰਦੇ ਗੱਲਾਂ ਕਰਦੇ ਤੇ ਕਿ ਪਾਕਿਸਤਾਨੋਂ ਜਾਣਾ ਪਏਗਾ। ਹਾਂ, ਪਾਕਿਸਤਾਨੋਂ ਤੁਹਾਨੂੰ ਜਾਣਾ ਪਏਗਾ ਜੀ। ਅਤੇ ਫਿਰ ਰੌਲਾ ਜਿਹਾ ਥੋੜ੍ਹਾ ਜਿਹਾ ਹੁੰਦਾ ਰਿਹਾ। ਅਸੀਂ ਸਾਡਾ ਇੱਕ ਅਸੀਂ ਪੜ੍ਹਦੇ ਸਾਂ ਪਾਕਿਸਤਾਨ ਵਿੱਚ ਜੀ। ਹਾਂ, ਸੱਤਵੀਂ ਜਮਾਤ ਵਿੱਚ ਮੈਂ ਪੜ੍ਹਦਾ ਸੀ। ਉਸ ਟਾਈਮ 'ਤੇ ਜਦੋਂ ਰੌਲਾ ਪਿਆ, ਜਦੋਂ ਅਸੀਂ ਇੱਧਰ ਆਇਆ, ਇਹ ਰੌਲਾ ਪਿਆ ਜਦੋਂ? ਹਾਂ, ਉਦੋਂ ਸਾਨੂੰ ਛੁੱਟੀਆਂ ਮਿਲੀਆਂ ਹਨ ਜੀ। ਕੋਈ ਛੁੱਟੀਆਂ ਮਿਲਦੀਆਂ ਹਨ ਪੜ੍ਹਨ ਵਿੱਚ ਜੀ ਜੀ ਜੀ। ਅਤੇ ਸਾਡਾ ਥਾਣਾ ਕਿਲ੍ਹਾ ਦੀਦਾਰ ਸਿੰਘ ਸੀ, ਉਹ ਸਾਡੇ ਤੋਂ 2 ਕੁ ਮੀਲ ਦੂਰ ਸੀ ਜੀ। ਉੱਥੇ ਸਾਡਾ ਹਾਈ ਸਕੂਲ ਸੀ ਜੀ, ਜਿੱਥੇ ਅਸੀਂ ਪੜ੍ਹਦੇ ਹਾਂ ਜੀ। ਅਤੇ ਸਾਡੇ ਪਿੰਡ ਦੇ ਸਾਨੂੰ ਮੁਸਲਮਾਨ ਜਿਹੜੇ ਭਾਈਚਾਰਾ ਸਾਡਾ ਸੀ, ਹਾਂਜੀ ਹਾਂਜੀ, ਉਹ ਕਹਿੰਦੇ ਵੀ ਤੁਸੀਂ ਹੱਲੋ ਨਾ, ਅਸੀਂ ਤੁਹਾਨੂੰ ਜਾਣ ਨਹੀਂ ਦੇਣਾ, ਅਤੇ ਤੁਸੀਂ ਇੱਥੇ ਸਾਡੇ ਕੋਲ ਰਹੋ, ਅਸੀਂ ਪਹਿਲਾਂ ਮਰਾਂਗੇ, ਤੁਹਾਨੂੰ ਬਾਅਦ 'ਚ ਮਰਨ ਦਿਆ। ਮਤਲਬ ਇੱਕ ਭਾਈਚਾਰਕ ਸਾਂਝ, ਐਡੀ ਸਾਂਝ, ਇੱਕ ਜੇ ਜੋ ਆਪਾਂ ਪਿਆਰ ਦੀ ਪਿਆਰ ਪਿਆਰ ਸੀਗਾ ਜੀ, ਇਤਫਾਕ ਸੀਗਾ, ਜੋ ਅੱਜ ਕੱਲ੍ਹ ਜਾਤੀਵਾਦੀ ਚੱਲਦਾ, ਉਦੋਂ ਉੱਪਰ ਉੱਠ ਕੇ ਉਹਨਾਂ ਨੇ ਹਮਦਰਦੀ ਪ੍ਰਗਟਾਈ ਕਿ ਤੁਸੀਂ ਸਾਡੇ ਪਰਿਵਾਰ ਦੇ ਮੈਂਬਰ ਹੋ, ਤੁਸੀਂ ਸਾਡਾ ਪਰਿਵਾਰ ਹੋ, ਤੁਹਾਨੂੰ ਅਸੀਂ ਜਾਣ ਨਹੀਂ ਦੇਣਾ, ਤੁਹਾਡੇ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਮਰਨ ਨੂੰ ਤਿਆਰ ਹਾਂ। ਬਹੁਤ ਵਧੀਆ ਪ੍ਰੇਮ ਸੀ ਤੁਹਾਡਾ ਪਿਆਰ ਜੀ ਜੀ। ਹੁਣ ਜਿਹੜਾ ਸਾਡੇ ਬੰਦਿਆਂ ਕੋਲ ਸਲਾਹ ਸੀ ਉਸ ਮੌਕੇ, ਹਾਂਜੀ, ਉਹ ਸਾਡਾ ਮਹੀਨਾ ਇੱਕ ਪਹਿਲਾਂ ਜਮ੍ਹਾਂ ਥਾਣੇ 'ਚ ਕਰਾ ਲਿਆ ਜੀ, ਉਹ ਫਿਰ ਮੁੜ ਕੇ ਉਹਨਾਂ ਦਿੱਤਾ ਨੇ, ਜਮ੍ਹਾਂ ਹੀ ਹੋ ਗਿਆ ਜੀ। ਹਾਂ, ਅਤੇ ਸਾਡੇ ਇਹ ਗੱਲ ਹੋਈ, ਪਹਿਲਾਂ ਥੋੜ੍ਹਾ ਥੋੜ੍ਹਾ ਪਤਾ ਲੱਗਿਆ ਵੀ ਪਾਕਿਸਤਾਨ ਜਾ ਛੱਡ ਕੇ ਜਾਣਾ ਪਏਗਾ, ਕਾਰੋਬਾਰ ਛੱਡਣਾ, ਪਰ ਅਸੀਂ ਇਹ ਗੱਲ ਨੂੰ ਮੰਨਦੇ ਨਹੀਂ ਸਾਂ ਵੀ ਇੰਨੇ ਕਦੇ ਸਦੀਆਂ ਦੇ ਰਹਿੰਦੇ ਹਾਂ, ਜਾਵਾਂਗੇ ਕਿੱਥੇ? ਜਾਵਾਂਗੇ ਕਿੱਥੇ ਜੀ, ਕੀ ਕਰਾਂਗੇ ਜਾ ਕੇ, ਕਿੱਥੇ ਜਾਣਾ? ਬਿਲਕੁਲ ਜੀ, ਬਿਲਕੁਲ, ਕਾਰੋਬਾਰ, ਮੱਝਾਂ, ਗਾਈ, ਪੈੜੀ, ਬੰਨਾ, ਹਰ ਸ਼ਾਇਦ ਮੌਜੂਦ ਸੀ ਸਾਡੇ ਕੋਲ, ਸਾਰਾ ਕੁਛ ਕੋਲ ਸੀ ਜੀ। ਪਰ ਜਦੋਂ ਸਾਨੂੰ ਨਿਕਲਣਾ ਪਿਆ ਨਾ, ਫਿਰ ਸਾਨੂੰ ਪਤਾ ਨਹੀਂ ਲੱਗਿਆ, ਪਤਾ ਨਹੀਂ ਲੱਗਿਆ। ਸਾਡੇ ਇੱਕ ਪਿੰਡ ਕੋਲ ਸੀ ਦਿਉੜੀ, ਦਿਉੜੀ
ਡਿਉੜੀ ਪਿੰਡ ਸੀ ਹਾਂਜੀ ਤੇ 2 ਮੀਲ ਤੇ ਉਹ ਸੀ ਜੀ ਉਹ ਕਿਲੇ ਦਰਾਰ ਸਿੰਘ ਤੋਂ ਨੇੜੇ ਸੀ ਜੀ ਉੱਥੋਂ ਕੋਈ ਮਿਲਟਰੀ ਆਏ ਤੇ ਉਹਨਾਂ ਨੇ ਗੋਲੀਆਂ ਛੱਡਤੀਆਂ ਉਸ ਪਿੰਡ 'ਚ ਜੀ ਉਹ ਪਿੰਡ ਦੇ ਲੋਕ ਗੋਲੀਆਂ ਨੂੰ ਦੇਖ ਕੇ ਡਰ ਕੇ ਭੱਜ ਕੇ ਸਾਡੇ ਪਿੰਡਾਂ ਲਾ ਗਏ ਸਾਨੂੰ ਵੀ ਕਹਿੰਦੇ ਨਿਕਲ ਜਾਓ ਮਾਰੇ ਜਾਵਾਂਗੇ ਜੀ ਅਸੀਂ 9 ਭਾਦੋ ਨੂੰ 3 ਵਜੇ ਆਪਦਾ ਘਰ ਛੱਡਤਾ ਸ਼ਾਮ ਨੂੰ 3 ਵਜੇ 9 ਭਾਦੋ ਨੂੰ ਘਰੋਂ ਤੁਸੀਂ 12 ਵਜੇ ਗੋਲੀ ਚੱਲਣ ਲੱਗ ਗਈ ਸੀ ਉਸ ਪਿੰਡ 'ਚ ਸਾਡੇ ਪਿੰਡ ਨਹੀਂ ਚੱਲਿਆ ਕੁਛ ਨਹੀਂ ਆਇਆ ਕੋਈ ਨਹੀਂ ਗਿਆ ਕੋਈ ਸਾਡਾ ਬੰਦਾ ਨਹੀਂ ਮਰਿਆ ਉਸ ਮੌਕੇ ਜੀ ਜੀ ਅਸੀਂ ਫਿਰ ਅਗਾਂਹ ਟੁੱਟ ਪਏ ਜੀ ਅਗਾਂਹ ਆ ਕੇ ਇੱਕ ਪਿੰਡ ਠਹਿਰ ਗਿਆ ਰਾਤ ਆ ਗਈ ਇਹ ਸਾਰਾ ਪਰਿਵਾਰ ਮਾਤਾ ਸਾਰਾ ਨਹੀਂ ਸਾਰਾ ਪਿੰਡ ਸਾਰਾ ਪਿੰਡ ਜੀ ਹਾਂ ਪਰਿਵਾਰ ਦੀ ਗੱਲ ਨਹੀਂ ਹੈ ਸਾਰੇ ਪਿੰਡ ਦੀ ਹੈ ਟੋਟਲ ਇਹ ਜਿੰਨੇ ਵੀ ਬੰਦੇ ਸਿੱਖ ਹਿੰਦੂ ਸਨ ਹਾਂਜੀ ਅਸੀਂ ਸਾਰੇ ਟੁੱਟ ਪਏ ਇੱਕ ਦੋ ਬੰਦਾ ਸਾਡਾ ਰਹਿ ਗਿਆ ਉੱਥੇ ਜਿਹੜਾ ਨਹੀਂ ਨਿਕਲਿਆ ਜੀ ਉਹ ਕਹਿੰਦਾ ਮੈਂ ਨਹੀਂ ਜਾਣਾ ਹਾਂ ਜੀ ਹਾਂ ਅਤੇ ਉਹ ਉੱਥੇ ਮੌਜੂਦ ਰਹਿ ਗਿਆ ਮੌਕੇ 'ਤੇ ਜੀ ਅਤੇ ਉਸ ਤੋਂ ਬਾਅਦ ਅੱਗੇ ਤੁਹਾਨੂੰ ਤੁਸੀਂ ਤੁਰ ਕੇ ਆਏ ਜਾਂ ਤੁਹਾਨੂੰ ਕਿਸੇ ਟ੍ਰੇਨ ਰਾਹੀਂ ਪਹੁੰਚਾਇਆ ਗਿਆ ਨਾ ਟੁਰਦੇ ਜੀ ਟੁਰਦੇ ਅਸੀਂ ਪਿੰਡੋ ਪਿੰਡ ਜੀ ਜਿਹੜੇ ਪਿੰਡ ਆਉਂਦੇ ਹਾਂ ਉਹ ਪਿੰਡ ਵੀ ਨਾਲ ਟੁਰਦਾ ਨਾਲ ਤੁਰ ਪਾਉਂਦੇ ਜੀ ਅਸੀਂ ਵੀ ਕਹਿੰਦੇ ਹਾਂ ਨਿਕਲੋ ਮਾਰੇ ਜਾਵਾਂਗੇ ਠੀਕ ਹੈ ਕੁਛ ਮਗਰੋਂ ਪਤਾ ਵੀ ਲੱਗਦਾ ਰਹਿੰਦਾ ਵੀ ਹਾਂ ਝਗੜਾ ਹੋ ਗਿਆ ਉਹ ਲੁੱਟ ਖੋ ਸਾਡੇ ਜਿਹੜੇ ਦਾਣੇ ਫਾੜੇ ਸਾਡੇ ਕੱਪੜੇ ਛੱਪੜੇ ਚੱਕਣ ਲੱਗ ਗਏ ਅੱਛਾ ਤੇ ਜਦੋਂ ਟੁਰਿਆ ਫਿਰ ਕਿਹੜਾ ਸੀ ਰੱਖਾ ਉੱਥੇ ਹਾਂਜੀ ਹਾਂਜੀ ਤਾਂ ਰੱਖਾ ਤਾਂ ਦੇਖੋ ਹਾਂ ਉਹਨੇ ਚੱਕਣੇ ਸਨ ਬਿਲਕੁਲ ਘਰ ਛੱਡ ਕੇ ਜਾਣਾ ਬਹੁਤ ਔਖਾ ਜੀ ਜਿੱਥੇ ਬੰਦੇ ਦਾ ਬਚਪਨ ਬੀਤਿਆ ਹੋਵੇ ਉੱਥੇ ਜੜਾਂ ਲੱਗੀਆਂ ਹੁਣ ਮਿੱਟੀ ਨਾਲ ਮੋਹ ਹੋਵੇ ਉਹਨਾਂ ਦਾ ਛੱਡਣਾ ਹੀ ਬਹੁਤ ਮੁਸ਼ਕਲ ਦੀ ਗੱਲ ਹੁੰਦੀ ਹੈ ਪਰ ਸਮੇਂ ਦੇ ਜਿਵੇਂ ਕਹਿੰਦੇ ਨੇ ਹਾਲਾਤਾਂ ਦੇ ਨਾਲ ਸਮਝੌਤਾ ਕਰਨਾ ਪੈਂਦਾ ਬੰਦਾ ਕਰ ਵੀ ਕੁਛ ਨਹੀਂ ਸਕਦਾ ਤੇ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਕਿੱਥੇ ਆ ਕੇ ਰੁਕੇ ਜੀ ਅੱਗੇ ਜਦੋਂ ਅਸੀਂ ਉੱਥੋਂ ਆ ਗਏ ਨਾ ਪਿੰਡੋਂ ਨਿਕਲ ਕੇ ਇੱਕ ਦੂਜੇ ਕੋਲ ਦੇ ਪਿੰਡ ਰਾਤ ਰਹੇ ਜੀ ਸਵੇਰੇ ਉਹ ਵੀ ਸਾਡੇ ਨਾਲ ਤੁਰ ਪਏ ਅਤੇ ਅਸੀਂ ਅੱਗੇ ਚੱਲ ਕੇ ਪੜਾਂ ਦਰ ਪੜਾਂ ਜੀ ਸੱਚੇ ਸੌਦੇ ਆਏ 4-5 ਦਿਨਾਂ 'ਚ ਜੀ ਬਾਰਿਸ਼ ਬੜੀ ਪੈਂਦੀ ਸੀ ਉਸ ਮੌਕੇ ਉਹ ਸੱਚਾ ਜਿਹੜਾ ਸੌਦਾ ਸੀ ਉਹ ਪਿੰਡ ਝੂੜਕਾਣਾ ਸੀ ਝੂੜਕਾਣਾ ਜੀ ਹਾਂ ਝੂੜਕਾਣੇ ਦੇ ਜੰਗਲ ਦਾ ਜ਼ਿਕਰ ਆਉਂਦਾ ਜੀ ਹਾਂ ਜੀ ਜੀ ਨਹੀਂ ਮੇਰੇ ਯਾਦ ਸਾਰੇ ਜਵਾਰੇ ਆਏ ਜਦੋਂ ਗੱਲ ਕਰਦੇ ਆ ਨਾ ਤੇ ਥਿੜਕਣਾ ਪੈ ਜਾਓ ਡਰ ਜਾ ਆਉਂਦਾ ਜਿਵੇਂ ਡਰ ਉੱਥੇ ਆਉਂਦਾ ਹੁਣ ਵੀ ਆ ਜਾਂਦਾ ਇੰਨੀ ਹਾਲਾਤ ਮਾੜੀ ਹੁਣ ਵੀ ਦਿਲ ਕੰਬ ਜਾਂਦਾ ਕਿਉਂਕਿ ਤੁਸੀਂ ਨਾ ਅੱਖੀ ਵੇਖਿਆ ਤੇ ਹੰਡਾਇਆ ਘਰ ਛੱਡਣਾ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਬਾਪੂ ਜੀ ਬੜਾ ਮੁਸ਼ਕਲ ਹੁੰਦਾ ਅਤੇ ਉਸ ਤੋਂ ਬਾਅਦ ਅੱਗੇ ਫਿਰ ਤੁਸੀਂ ਤੁਹਾਡੇ ਕੋਈ ਖਾਣੇ ਪਾਣੀ ਦਾ ਜਾਂ ਮਤਲਬ ਕਿ ਖਾਣੇ ਪਾਣੀ ਦੇ 10 ਦਿਨ ਕੁਛ 2-4 ਦਿਨ ਅਤੇ 8 ਦਿਨ ਰੋਟੀਆਂ ਮਿਲਦੀਆਂ ਰਹੀਆਂ ਉਸ ਤੋਂ ਬਾਅਦ ਸਾਡੇ ਜਿਹੜੇ ਬੰਦੇ ਸਾਰੇ ਸਨ ਨਾ ਉਹ ਸੱਚੇ ਸੌਦੇ ਵਿੱਚ ਹਾਂਜੀ ਬਹੁਤ ਤਕੜੇ ਲੋਕ ਤੇ ਤਕੜੇ ਜਿਹੜੇ ਸਾਡੇ ਉਹ ਪੱਕ ਉਹਦੇ 'ਚੋਂ ਉੱਠ ਕੇ ਘਰਾਂ 'ਚੋਂ ਆਏ ਸਨ ਨਾ ਜੁਰਮਾਨੇ 'ਤੇ ਕਮਜ਼ੋਰ ਨਹੀਂ ਸਨ ਉਹ ਰਾਤ ਨੂੰ ਜਾਂਦੇ ਘੋੜੀਆਂ ਲੈ ਕੇ ਕੁਛ ਲੈ ਕੇ ਅਤੇ ਆਪਣੇ ਪਿੰਡਾਂ 'ਚੋਂ ਕਣਕ ਲੈ ਆਉਂਦੇ ਆਪਣੀ ਜੀ ਕਣਕ ਲਿਆ ਕੇ ਉੱਥੇ ਢੇਰ ਲਾ ਦਿੰਦੇ ਹਾਂਜੀ ਕੋਈ ਕੁੰਗਣੀਆਂ ਬਣਾ ਬਣੂ ਕੇ ਜਿਵੇਂ ਗੁਜ਼ਾਰਾ ਹੁੰਦਾ ਸੀ ਕਰਦੇ ਮਤਲਬ ਕਿ ਸਮਾਂ ਪੇਟ ਦੀ ਪੂਰਤੀ ਵਾਸਤੇ ਕੁਛ ਨਾ ਕੁਛ ਜਿਵੇਂ ਥੋੜਾ ਜਿਹਾ ਖਾਂਦੇ ਕੋਈ ਤਾਂ ਭਰਮ ਨਹੀਂ ਸੀ ਖਾਣ ਦਿੰਦਾ ਜੀ ਡਰ ਸੀ ਜਿਹੜਾ ਮਨ ਦੇ ਵਿੱਚ ਬੈਠਾ ਹੋਇਆ ਆ ਵੀ ਕੀ ਪਤਾ ਕਦੋਂ ਹੋ ਜਾਏ ਜੀ ਤੇ ਚੱਲ ਲੋਕਾਂ ਦਾ ਰੱਬ ਬਾਲੀ ਸੀ ਹਾਂ ਬਾਲੀ ਤਾਂ ਮਾੜੇ ਸਮੇਂ ਦੇ ਵਿੱਚ ਜਿਵੇਂ ਕਹਿੰਦੇ ਨੇ ਜਿੱਥੇ ਕੋਈ ਨਹੀਂ ਖੜਦਾ ਤਾਂ ਉਹ ਪਰਮਾਤਮਾ ਹੀ ਆ ਕੇ ਬਾਂਹ ਫੜਦਾ ਜੀ ਤੇ ਉਸ ਤੋਂ ਬਾਅਦ ਮਤਲਬ ਕਿ ਝੂੜਕਾਣੇ ਦੇ ਜਿਹੜਾ ਸੀ ਸੱਚਾ ਸੌਦਾ ਜੰਗਲ ਕਹਿੰਦੇ ਨੇ ਝੂੜਕਾਣੇ ਦਾ ਜੰਗਲ ਵੀ ਕਹਿੰਦੇ ਨੇ ਉਹਨਾਂ ਨੂੰ ਜੰਗਲ ਹੀ ਸੀ ਹਾਂਜੀ ਜੰਗਲ ਸੀ ਉਸ ਤੋਂ ਬਾਅਦ ਅੱਗੇ ਆ ਕੇ ਤੁਸੀਂ ਕਿੱਥੇ ਰੁਕੇ ਜੀ ਹਾਂ ਠੀਕ ਹੈ ਅੱਗੇ ਕੁਛ ਟ੍ਰੇਨ ਆਈ ਜੀ
ਇੱਧਰੋਂ ਜਿਹੜਾ ਸੱਚਾ ਸੌਦਾ ਸੀ ਉਹਦੇ ਨਾਲੋਂ ਗੱਡੀ ਦੀ ਲਾਈਨ ਲੰਘਦੀ ਸੀ ਜੀ, ਜਿਸ ਕਰਕੇ ਲੋਕਾਂ ਨੇ ਕੈਂਪ ਉੱਥੇ ਬਣਾਇਆ ਵੀ ਗੱਡੀ ਰਾਹ ਪਾਕਿਸਤਾਨ ਤੋਂ ਹਿੰਦੁਸਤਾਨ ਜਾ ਗਏ ਜੀ, ਟ੍ਰੇਨ ਫਿਕਾਈ, ਕੁਛ ਲੋਕ ਚੜ੍ਹੇ ਅਤੇ ਕੁਛ ਚੜ੍ਹੇ ਨਹੀਂ ਜੀ, ਕੀ ਪਤਾ ਕਿੱਥੇ ਲਿਜਾਣਗੇ, ਕਿੱਥੇ ਲਿਜਾਣਗੇ, ਕੀ ਹੋਵੇਗਾ, ਡਰ ਸੀ, ਸਹਿਮ ਸੀ। ਹਾਂ, ਉਹ ਟ੍ਰੇਨ 'ਤੇ ਉੱਨੀ ਨਹੀਂ ਭਰੀ ਗਈ ਜੀ, ਜਦੋਂ ਜਿਹੜੀ ਟ੍ਰੇਨ 'ਤੇ ਅਸੀਂ ਆਏ ਹਾਂ ਜੀ ਉਹ ਭਰ ਗਈ ਪੂਰੀ, ਉਹ ਤਿੰਨ ਚਾਰ ਦਿਨਾਂ ਤੋਂ ਫਿਰ ਉੱਥੇ ਸੱਚੇ ਸੌਦੇ ਆ ਕੇ ਖੜੋ ਗਏ ਜੀ, ਅਤੇ ਲੋਕ ਵੜ ਕੇ ਭਰ ਗਏ, ਭਰੇ ਅਤੇ ਉਹਨਾਂ ਨੇ ਚਲਾ ਲਈ, ਦਿਨ 'ਚ ਭਰ ਗਈ ਅਤੇ ਸ਼ਾਮ ਨੂੰ ਚਲਾ ਲਈ, ਅਤੇ ਉਹ ਲੈ ਕੇ ਸਾਨੂੰ ਲਾਹੌਰ ਨੂੰ ਆ ਗਏ, ਲਾਹੌਰ ਨੂੰ ਆ ਗਏ। ਹਾਂ, ਉਹ ਲਾਹੌਰ ਤੋਂ ਪਿੱਛੇ ਕੁਛ ਹੋਰ ਸ਼ਦਾਰਾ ਸੀ ਸਟੇਸ਼ਨ, ਹੈਂ ਜੀ, ਉੱਥੇ ਸਾਡੀ ਤਲਾਸ਼ੀ ਬੜੀ ਲਈ ਉਹਨਾਂ ਜੀ, ਜਨਾਨੀਆਂ ਦੀਆਂ ਜਨਾਨੀਆਂ ਨੇ, ਬੰਦਿਆਂ ਨੇ ਬੰਦਿਆਂ ਨੇ ਜੀ, ਉਹਨਾਂ ਨੂੰ ਕੋਈ ਵਹਿਮ ਸੀ ਸ਼ੱਕ ਸੀ? ਨਹੀਂ ਨਹੀਂ, ਟੂਬਾ ਲੈਂਦੇ, ਪੈਸੇ ਲੈਂਦੇ ਅਤੇ ਅਸਲਾ ਹੁੰਦਾ ਤਾਂ ਉਹ ਵੀ ਲੈਂਦੇ, ਚਾਕੂ ਤੱਕ ਉਹਨਾਂ ਨੇ ਜੀ ਲੈ ਲਿਆ ਸੀ, ਅਤੇ ਥੱਲੇ ਲਾਹ ਕੇ ਦੋਵੇਂ ਪਾਸਿਓਂ ਇੱਕ ਪਾਸੇ ਪਾ ਕੇ ਅੱਗੇ ਜਨਾਨੀਆਂ ਅਤੇ ਮਗਰ ਬੰਦੇ, ਅਤੇ ਨਾ ਕੋਈ ਪਾਣੀ, ਨਾ ਕੋਈ ਪੀਣ ਨੂੰ, ਨਾ ਕੁਝ ਖਾਣ ਨੂੰ। ਉਹ ਸਾਡੇ ਬੰਦੇ ਕਹਿੰਦੇ ਵੀ ਖਤਰਾ ਹੈ, ਜਿਹੜਾ ਤਾਰਿਆ ਹੈ ਨਾ, ਹਾਂਜੀ ਹਾਂਜੀ, ਸਾਨੂੰ ਇੱਥੇ ਮਾਰਨਗੇ। ਹਾਂ, ਮਨ ਦੇ ਵਿੱਚ ਵਹਿਮ ਪੈ ਗਿਆ ਵੀ ਇੱਕ ਤਾਂ ਤਲਾਸ਼ੀ ਰਹੇ ਨੇ, ਆਪਣਾ ਸਮਾਨ ਸਾਰਾ ਬਰਾਮਦ ਕਰ ਰਹੇ ਨੇ, ਕਢਾ ਰਹੇ ਨੇ, ਜੇ ਕੋਈ ਸੰਦੂਕ ਸਦਾ ਕੇ ਤੋੜ ਕੇ ਉਹਨੂੰ ਫਿਰ ਵੇਖ ਲੈਂਦੇ ਜੀ। ਉਹ ਲੋਕ ਨੇਰੇ ਭੁੱਖੇ ਨਹੀਂ ਸਨ, ਲੋਕਾਂ ਦੇ ਕੋਲ ਸਮਾਨ ਹੈਗਾ ਸੀ, ਹੈਗਾ ਸੀ ਜ਼ੇਵਰ ਜ਼ੂਵਰ ਜੀ, ਚੌਣਾ ਪੈਸਾ, ਇਹ ਗੱਲ ਨਹੀਂ ਹੈ ਵੀ ਕੋਈ ਲੋਕ ਭੁੱਖੇ ਦੇ, ਹੋਰ ਤਾਂ ਨਹੀਂ ਕੁਛ ਚੱਕਿਆ ਗਿਆ, ਜਿਹੜਾ ਕੋਈ ਨਕਦੀ ਮਾਲ ਸੀ ਉਹ ਤਾਂ ਬੋਝੇ 'ਚ ਪਾਇਆ ਸੀ ਲੋਕ, ਉਹ ਤਾਂ ਬੋਝੇ 'ਚ ਬਿਲਕੁਲ ਜੀ ਬਿਲਕੁਲ। ਫਿਰ ਉਹਨਾਂ ਨੇ ਸ਼ਾਮ ਨੂੰ ਕਿਹਾ ਵੀ ਚੜ੍ਹ ਜਾਓ, ਉੱਥੋਂ ਫਿਰ ਟ੍ਰੇਨ ਤੋਰੀ। ਨਹੀਂ, ਆ ਪਹਿਲਾਂ ਚੜ੍ਹ ਜਾਓ, ਬਹਿ ਗਿਆ, ਬੜੇ ਆਰਾਮ ਨਾਲ ਬੈਠੇ ਬੰਦੇ, ਸਾਡੇ ਇਸ ਤਰ੍ਹਾਂ ਸਮਝਦਾਰ ਸਨ ਵੀ ਇਹ ਨਹੀਂ ਧੱਕਾ ਨਹੀਂ, ਮਰਨਾ ਜਾਂ ਜਿਉਣਾ ਇਹ ਰੱਬ ਨੂੰ ਪਤਾ, ਰੱਬ ਨੂੰ ਪਤਾ, ਅਤੇ ਆਰਾਮ ਨਾਲ ਬਵੋ ਜੀ, ਬੱਚੇ ਸੰਭਾਲ ਕੇ ਬਵੋ ਸਾਰਾ ਕੁਛ। ਫਿਰ ਉਹ ਸਾਨੂੰ ਲੈ ਗਿਆ ਲਾਹੌਰ ਜੀ, ਲਾਹੌਰ ਅਸੀਂ ਜਦੋਂ ਗਏ ਤਾਂ ਸਾਡਾ ਇੰਜਣ ਲਾ ਕੇ ਲੈ ਗਏ, ਇੰਜਣ ਮੁਸਲਮਾਨਾਂ ਦਾ ਸੀ ਜੀ, ਇਹੀ ਗੱਲ ਹੋਣੀ ਸਾਡੇ ਮਨ 'ਚ ਆਈ ਵੀ ਮੁਸਲਮਾਨਾਂ ਦਾ ਇੰਜਣ। ਹਾਂਜੀ, ਮਨ ਦੇ ਵਿੱਚ ਤਾਂ ਫਿਰ ਜਦੋਂ ਕੋਈ ਮਨ ਦੇ ਵਿੱਚ ਸ਼ੱਕ ਪੈ ਜਾਂਦਾ ਜਾਂ ਡਰ ਹੁੰਦਾ, ਫਿਰ ਤਾਂ ਸਾਰੀ ਸੂਈ ਉੱਧਰਲੇ ਪਾਸੇ ਡਿੱਗਦੀ ਹੈ ਜਾ ਕੇ, ਬੰਦੇ ਦਾ ਦਿਮਾਗ ਉਸੇ ਪਾਸੇ ਘੁੰਮਦਾ ਰਹਿੰਦਾ ਵੀ ਉਹਨਾਂ ਦੀ। ਫਿਰ ਉਹ ਸ਼ਾਮ ਸਿੰਘ ਅਟਾਰੀ ਤੋਂ ਇੰਜਣ ਲਿਆਂਦਾ ਜੀ, ਅਤੇ ਚਾਰ ਮਰਾਠੇ ਆਏ, ਮਰਾਠੇ ਫੌਜੀ, ਮਰਾਠੇ ਫੌਜੀ, ਆਹ ਉਹ ਸਾਡੀ ਗੱਡੀ ਦੇ ਦੋ ਉਸ ਪਾਸੇ ਖਲੋ ਗਏ, ਦੋ ਅੱਗੇ ਅਗਲੇ ਪਾਸੇ ਪਿਛਾਂ ਨੂੰ ਮੂੰਹ ਕਰਕੇ ਰਫਲਾ ਲੈ ਕੇ ਜੀ, ਉਹਨਾਂ ਕਿਹਾ ਥੱਲੇ ਨਾ ਉਤਰਿਆ ਜੇ, ਉੱਤੇ ਅਸੀਂ ਕਿਸੇ ਨੂੰ ਚੜ੍ਹਨ ਦਿੰਦੇ, ਚੜ੍ਹ ਨਹੀਂ ਦਿੰਦੇ। ਹਾਂ, ਅਤੇ ਉਂਝ ਉਹ ਛੁਰੇ ਲੈ ਕੇ ਸਟੇਸ਼ਨ ਦੇ ਉੱਤੇ ਨਾਰੇ ਨੂਰੇ ਲਾਉਂਦੇ ਜੀ, ਯਾ ਅਲੀ ਯਾ ਮੁਹੰਮਦ ਯਾ ਅਲੀ, ਕੋਈ ਨਾਰੇ ਆਪਣੇ ਲਾਉਂਦੇ, ਉਹ ਆਪਣੇ ਲਾਉਂਦੇ, ਅਤੇ ਅਸੀਂ ਡਰੀ ਤਾਂ ਜਾਂਦੇ ਸਾਂ ਵੀ ਸਾਨੂੰ ਆਖਿਆ ਕਿਸੇ ਕੁਛ ਜੀ, ਉੱਥੇ ਨੁਕਸਾਨ ਨਹੀਂ। ਡਰ ਤਾਂ ਫਿਰ ਜਦੋਂ ਸਾਹਮਣੇ ਨੰਗੀਆਂ ਕਿਰਪਾਨ ਵਾਲੇ ਫਿਰਦੇ ਹੁਣ, ਡਰ ਤਾਂ ਮਨ ਦੇ ਵਿੱਚ, ਕਿਰਪਾਨ ਕੋ ਨਹੀਂ ਸੀ ਉਹਨਾਂ ਕੋਲ, ਛੁਰੇ 'ਤੇ ਛੁਰਾ ਬਹੁਤ ਭੈਣ ਚੋਦ ਨਾ, ਛੁਰਾ ਕਿਰਪਾਨ ਨਾਲ ਉਹਨਾਂ ਟਾਈਮਾਂ ਦੇ ਵਿੱਚ ਤਾਂ ਫਿਰ ਛੁਰੇ ਹੀ, ਹਾਂ ਕਿਰਪਾਨਾਂ ਕੋ ਨਹੀਂ ਸਨ ਮੁਸਲਮਾਨ ਐਵੇਂ ਕਹਿ ਦਈਏ ਜੀ, ਛੁਰੇ 'ਤੇ ਛੁਰੇ ਸੀ, ਛੁਰੇ ਉਹਨਾਂ ਨੇ ਬਣਾਏ ਤੇ ਅੰਜ ਮਾਰਨ ਵਾਸਤੇ ਜੀ। ਹਾਂ, ਅਤੇ ਉੱਥੋਂ ਸਾਡੀ ਗੱਡੀ ਸ਼ਾਮ ਨੂੰ ਚੱਲੀ ਜੀ, ਅਟਾਰੀ ਆ ਗਏ ਸੀ ਜੀ, ਫਿਰ ਜਕਾਰੇ ਅਸੀਂ ਵੀ ਛੱਡੇ, ਅਟਾਰੀ ਆ ਗਿਆ ਨਾ, ਹਾਂਜੀ ਹਾਂਜੀ, ਦਿਲ ਐਂ ਹੋ ਗਿਆ ਵੀ ਠੀਕ ਹੈ, ਬਚ ਤਾਂ ਗਏ, ਬਚ ਤਾਂ ਗਏ, ਹਾਂ ਬਚ ਤਾਂ ਗਿਆ, ਚੱਲ ਜਿਹੜਾ ਕੋਈ ਲੁੱਟਿਆ ਗਿਆ ਉਹ ਤਾਂ ਬਣਦਾ ਰਹੇਗਾ, ਉਹ ਤਾਂ ਫਿਰ ਹੁਣ ਕਿਸੇ ਦੇ ਵੱਸ ਦਾ ਰੋਗ ਨਹੀਂ ਸੀ। ਹਾਂ, ਸ਼ਾਮ ਸਿੰਘ ਦੇ ਅਟਾਰੀ ਦੇ ਉਹਨਾਂ ਨੇ ਸਾਡੇ ਜੋਗੇ ਛੋਲੇ ਭੁੰਨ ਕੇ ਨਾ ਦੋੜਿਆਂ 'ਤੇ ਧਰੇ ਸਨ ਜੀ, ਉਹ ਕਹਿੰਦੇ ਪਾਣੀ ਨਾ ਪੀਓ, ਪਹਿਲਾਂ ਛੋਲੇ ਖਾਓ ਥੋੜ੍ਹੇ ਤੋਂ, ਉਦੋਂ ਦਾਣੇ ਚਾਰ ਚਾਰ ਦਾਣੇ, ਗਲਾ ਸਾਫ਼ ਹੋ ਜਾਏਗਾ। ਹਾਂਜੀ, ਕੁਛ ਲੋਕਾਂ ਨੇ ਖਾਧਾ, ਕੁਛ ਨਾ ਖਾਧਾ, ਕੁਛ ਪਾਣੀ ਪੀਤਾ ਜੀ। ਫਿਰ ਉਹ ਸ਼ਾਮ ਨੂੰ ਅਸੀਂ ਹਨੇਰੇ ਹੁੰਦੇ
ਅੰਮ੍ਰਿਤਸਰ ਆ ਗਏ ਜੀ। ਅੰਮ੍ਰਿਤਸਰ ਆ ਕੇ ਸ਼ਾਂਤ ਹੋਈ, ਫਿਰ ਮਨ ਨੂੰ ਸ਼ਾਂਤੀ ਮਿਲੀ, ਆ ਬਈ ਹੁਣ ਖੈਰ ਸਲਾਹ ਕੁਛ ਨਹੀਂ, ਬਚ ਰਹਾਂਗੇ ਜੀ। ਊਂ ਫਿਰ ਬਿਮਾਰੀ ਪੈ ਗਈ, ਕੁਛ ਭੁੱਖਿਆ ਰਹਿਣ ਕਰਕੇ, ਕੁਛ ਪਾਣੀ ਲਾ ਕੇ, ਕੁਛ ਬਿਮਾਰੀ, ਕੁਛ ਕਮਜ਼ੋਰ ਸਾ ਉਸ ਮੌਕੇ। ਹਾਂਜੀ ਹਾਂਜੀ ਹਾਂਜੀ। ਅਤੇ ਕੁਛ ਫਿਰ ਮਨ ਦੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ, ਮਨ ਦੇ ਵਿੱਚ ਕੁਛ ਭੁੱਖ ਅਤੇ ਕੁਛ ਤੇ ਭੁੱਖ ਅਤੇ ਬਾਕੀ ਜਿਹੜੀ ਦਿਮਾਗ 'ਤੇ ਟੈਨਸ਼ਨ ਹੈ, ਜਿਹੜਾ ਡਰ ਪੈ ਬੈਠਿਆ ਹੁੰਦਾ, ਉਹਨਾਂ ਚੀਜ਼ਾਂ ਸਾਰੀਆਂ ਉਹਦੇ ਕਰਕੇ ਕੁਛ। ਜੀ ਜੀ। ਅਤੇ ਤੁਹਾਡੇ ਪਰਿਵਾਰ ਦਾ ਮੈਂਬਰ ਕੋਈ ਰਸਤੇ 'ਚ ਜਾਂ ਉੱਧਰ ਤਾਂ ਨਹੀਂ ਰਹੇਗਾ ਜੀ? ਨਹੀਂ, ਮੇਰੇ ਚਾਚਾ ਜੀ ਸੀ ਜੀ, ਸੱਕਾ ਚਾਚਾ ਜੀ, ਮੇਰੇ ਬਾਪ ਦਾ ਭਰਾ ਸੀ ਜੀ। ਮੇਰਾ ਬਾਪ ਮੋਹਰ ਸਿੰਘ ਅਤੇ ਤਰਲੋਕ ਸਿੰਘ, ਦੋ ਭਰਾ ਤੇ, ਦੋ ਭਰਾ ਸੀ। ਹਾਂ ਜੀ। ਅਤੇ ਉਹ ਤਰਲੋਕ ਸਿੰਘ ਜੀ ਵੀ ਇੱਧਰ ਹੀ ਆ ਗਏ ਸੀ? ਆ ਸਾਰੇ ਇਕੱਠੇ ਆਏ ਤੇ ਜੀ, ਪਰਿਵਾਰ ਉਹਨਾਂ ਦਾ ਜੀ, ਉਹ ਸਾਡੇ ਨਾਲ ਇਕੱਠੇ ਸਾਂ। ਤਰਲੋਕ ਸਿੰਘ ਦੇ ਬੱਚੇ ਸੀ ਜਿਹੜੇ? ਆ ਉਹਦੇ ਤਿੰਨ ਬੱਚੇ, ਦੋ ਮੁੰਡੇ ਅਤੇ ਇੱਕ ਲੜਕੀ। ਅੱਛਾ। ਉਹ ਰਸਤੇ 'ਚ ਬਿਮਾਰ ਹੋ ਕੇ ਪੂਰੇ ਹੋ ਗਏ। ਰਸਤੇ ਦੇ ਵਿੱਚ ਹੀ ਮਤਲਬ ਕਿ? ਹਾਂ ਰਸਤੇ 'ਚ ਬਿਮਾਰੀ ਲੱਗ ਗਈ, ਕੋਈ ਭੁੱਖ ਕਹਿ ਲਈਏ ਕੁਛ, ਚਲੋ ਚੱਲ ਕੁਛ ਵੀ, ਜੋ ਕੁਛ ਵੀ। ਅਤੇ ਇੱਕ ਮੇਰੀ ਤਾਏ ਦੀ ਧੀ ਸੀ ਜੀ, ਭੈਣ ਮੇਰੀ। ਹਾਂਜੀ। ਉਹਦਾ ਬੰਦਾ ਸੀ ਘਰ ਵਾਲਾ ਜੀ, ਉਹ ਪੂਰਾ ਹੋ ਗਿਆ, ਉਹ ਵੀ ਰਸਤੇ 'ਚ। ਹਾਂ, ਉਹਦੀਆਂ ਦੋ ਲੜਕੀਆਂ ਹਨ, ਉਹ ਪੂਰੀਆਂ ਹੋ ਗਈਆਂ। ਓਹੋ। ਹਾਂ, ਉਹ ਪੂਰੀਆਂ ਹੋ ਗਈਆਂ। ਹਾਂ, ਮਤਲਬ ਕਿ ਬੜਾ ਗਹਿਰੇ ਸਦਮੇ ਨੇ ਜਿਹੜੇ, ਬਹੁਤ ਵੱਡਾ, ਬਹੁਤ ਵੱਡਾ, ਇਸ ਤੋਂ ਵੱਡਾ ਤਾਂ ਕੁਛ ਹੋਰ ਨਹੀਂ ਸਕਦਾ। ਅਜੇ ਵੀ ਦੱਸਿਆ ਨਹੀਂ ਜਾਂਦਾ, ਪਤਾ ਨਹੀਂ ਲੱਗਦਾ। ਅੱਖਾਂ ਦੇ ਵਿੱਚੋਂ ਉਹੀ ਗੱਲ ਹੈ ਜੀ, ਮਨ ਭਾਵਕ ਹੋ ਜਾਂਦੇ, ਅੱਖਾਂ ਦੇ ਸਾਹਮਣੇ ਸੀਨ ਸਾਰਾ ਜਦੋਂ ਆ ਜਾਂਦਾ ਇਨਸਾਨ ਦੇ। ਅਤੇ ਉਸ ਤੋਂ ਬਾਅਦ ਬਾਪੂ ਜੀ, ਹੁਣ ਉੱਧਰਲੇ ਪਾਸੇ ਤੁਹਾਡਾ ਕੌਣ ਰਹਿੰਦੇ ਜੀ ਪਾਕਿਸਤਾਨ? ਉੱਥੇ ਮੇਰੇ ਚਾਚੇ ਦੇ ਸਹੁਰੇ ਦੇ ਘਰ। ਸਹੁਰੇ ਦੇ ਘਰ ਜੀ। ਅਤੇ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਅੱਗੇ ਫਿਰ ਕਿੱਥੇ ਆਏ ਜੀ? ਅੰਮ੍ਰਿਤਸਰ ਅਸੀਂ ਠਹਿਰੇ 10 ਦਿਨ ਜੀ। 10 ਦਿਨ ਠਹਿਰ ਕੇ ਕੁਛ ਸ਼ਾਂਤ ਹੋਏ ਜੀ, ਅਤੇ ਫਿਰ ਕਹਿੰਦੇ ਬਈ ਫਿਰੋਜ਼ਪੁਰ ਚਲੋ ਜੀ। ਫਿਰ ਅਸੀਂ ਫਿਰੋਜ਼ਪੁਰ ਆ ਗਏ ਜੀ। ਫਿਰੋਜ਼ਪੁਰ ਬਹੁਤ ਵੱਡਾ ਕੈਂਪ ਸੀ ਜੀ, ਬਹੁਤ ਦੁਨੀਆ ਸੀ ਉਸ ਕੈਂਪ ਦੇ ਵਿੱਚ। ਉਸ ਕੈਂਪ ਵਿੱਚ ਜੀ ਉਂਝ ਜਦੋਂ ਕਦੇ ਪਾਕਿਸਤਾਨ ਅਤੇ ਹਿੰਦੁਸਤਾਨ ਕਾਇਮ ਸੀ ਨਾ, ਹਾਂਜੀ, ਉਸ ਟਾਈਮ 'ਤੇ ਆਪਣੇ ਬੰਦੇ ਇੱਧਰ ਹਿੰਦੁਸਤਾਨ ਕੰਨੀ ਅੰਮ੍ਰਿਤਸਰ ਰਹਿ ਰਹੇ ਵਗੈਰੇ ਆਉਂਦੇ ਜਾਂਦੇ ਰਹਿੰਦੇ, ਦੇਖਦੇ ਰਹਿੰਦੇ, ਕੋਈ ਡੰਗਰ ਪਸ਼ੂ ਵੀ ਨਹੀਂ ਜਾਂਦੇ, ਆ ਸਾਰ ਬੜਾ ਬਲਦਾਂ ਦਾ ਆਉਂਦਾ, ਲੈਣ ਆਉਂਦੇ ਸਾਡੇ ਬੰਦੇ। ਹਾਂਜੀ। ਜਦੋਂ ਅਮਨ ਹੁੰਦਾ, ਅਮਨ ਅਮਨ ਸੀਗਾ ਜੀ, ਅਮਨ ਦੀ ਗੱਲ ਹੈ। ਅਤੇ ਇਹ ਕਹਿੰਦੇ ਵੀ ਇੱਥੇ ਤਾਂ ਫਿਰੋਜ਼ਪੁਰ ਤਾਂ ਠੀਕ ਨਹੀਂ, ਸਾਡੇ ਬੰਦੇ ਕਹਿਣ ਲੱਗੇ। ਹਾਂਜੀ। ਕਹਿੰਦੇ ਜੀ ਕੀ ਗੱਲ ਹੈ? ਕਹਿੰਦੇ ਇੱਥੇ ਦਰਿਆ ਟੁੱਟਣ ਵਾਲਾ, ਇੱਥੇ ਲੋਕਾਂ ਟੁੱਟਣ, ਆਪਾਂ ਵੀ ਨਿਕਲ ਜਾਂਦੇ ਇੱਥੇ ਨਾ। ਡਰ ਮੂਹਰੇ ਡਰ ਸੀ ਨਾ ਜੀ, ਪਹਿਲਾਂ ਡਰ ਦੇ ਵਿੱਚੋਂ ਆਏ, ਇੱਕ ਡਰ ਹੋਰ ਅੱਗੇ। ਹਾਂ, ਵੀ ਬਾਰਿਸ਼ ਇੰਨੀ ਹੁੰਦੀ ਹੈ ਅਤੇ ਦਰਿਆ ਸੀ ਫਿਰੋਜ਼ਪੁਰ ਦਾ, ਉਹ ਟੁੱਟ ਗਿਆ, ਟੁੱਟ ਗਿਆ। ਲੋਕ ਗੱਡੀ ਦੀ ਲਾਈਨ 'ਤੇ ਕੁਛ ਬਚੇ, ਕੁਛ ਰੁੜੇ, ਕੁਛ ਹੋਰ, ਉਹਨਾਂ ਨੂੰ ਜ਼ਿਆਦਾ ਮੁਸ਼ਕਲ ਹੋਏ ਜੀ, ਨਿਕਲਣਾ ਬਹੁਤ ਔਖਾ ਸੀ। ਪਰ ਅਸੀਂ ਉਸ ਵੇਲੇ ਕਰਨਾਲ ਨਿਕਲ ਗਿਆ ਗੱਡੀ ਚੜ੍ਹ ਕੇ, ਬਸ ਟ੍ਰੇਨ 'ਤੇ ਕਰਨਾਲ ਜੀ। ਹਾਂ, ਜਦੋਂ ਅਸੀਂ ਕਰਨਾਲ ਗਏ, ਉੱਥੇ ਉਤਰੇ ਅਤੇ ਬੰਦਾ ਸਾਡਿਆਂ ਨੇ ਦੇਖਿਆ ਵੀ ਕਹਿੰਦੇ ਇੱਥੇ ਤਾਂ ਮੁਸਲਮਾਨ ਹੈਗੇ, ਇੱਥੇ ਕਿਤੇ ਹੋਰ ਖਤਰਾ ਨਾ ਹੋ ਜਾਏ, ਹੋਰ ਖਤਰਾ ਨਾ ਹੋ ਜਾਏ, ਬਿਲਕੁਲ ਜੀ। ਵੀ ਇਹ ਤਾਂ ਜੇ ਨਿਕਲੇ ਨਹੀਂ, ਨਿਕਲਦੇ ਨਿਕਲਦੇ ਕੀ ਪਤਾ ਨੁਕਸਾਨ ਕਰ ਜਾਣ, ਨੁਕਸਾਨ ਕਰ ਜਾਣ ਜੀ। ਵੀ ਇੱਥੋਂ ਟੁੱਟੋ, ਪਿਛਾਂ ਚਲੋ, ਪਟਿਆਲੇ ਚਲੋ, ਪਟਿਆਲਾ ਜਿਹੜਾ ਸੀ ਉਸ ਵੇਲੇ ਸਾਡਾ ਵੱਡਾ ਮੁੱਖ ਚੀਜ਼ ਸੀ, ਮੁੱਖ ਚੀਜ਼। ਆ ਪਟਿਆਲੇ ਨੂੰ ਸਿੱਖ ਰਾਜਾ ਕਹਿੰਦੇ ਸੀ, ਸਿੱਖ ਰਾਜਾ। ਹਾਂ, ਅਤੇ ਸਾਡੀ ਮਦਦ ਵੀ ਉਹ ਕਰਦਾ ਸੀ, ਕਰਦਾ ਸੀ। ਹਾਂ, ਉਹਨੇ ਟਰੱਕ ਵੀ ਭੇਜੇ ਪਟਿਆਲੇ ਵਾਲੇ ਨੇ, ਉਹੀ ਲੋਕ ਟਰੱਕਾਂ 'ਚ ਸਾਡੇ ਆਏ ਸੱਚੇ ਸੌਦੇ ਤੋਂ ਜੀ। ਕੁਛ ਕਾਫਲਾ ਆਇਆ, ਕੁਛ ਅਸੀਂ ਟ੍ਰੇਨ 'ਤੇ ਆਏ ਸਾਂ ਠੀਕ। ਅਤੇ
ਪਟਿਆਲੇ ਅਸੀਂ ਆ ਗਏ ਅਤੇ ਦੁੱਖ ਨਿਵਾਰ ਗੁਰਦੁਆਰੇ। ਕਿਹੜੇ ਮਹਾਰਾਜ ਸੀ ਉਸ ਟਾਈਮ 'ਤੇ? ਉਸ ਵੇਲੇ ਅਮਰਿੰਦਰ ਸਿੰਘ ਦਾ ਬਾਪੂ ਜੀ ਸੀ ਜੀ। ਹਾਂ ਜੀ, ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਜੀ ਸੀ ਉਸ? ਹਾਂ, ਪਿਤਾ ਜੀ ਜੀ। ਅਤੇ ਉਹ ਸਾਡੀ ਮਦਦ ਕਰਦੇ ਤੇ ਪੂਰੀ, ਮਤਲਬ ਹਮਦਰਦੀ ਪੂਰੀ ਕੀਤੀ ਉਹਨਾਂ ਨੇ, ਮਦਦ ਕੀਤੀ ਜੀ। ਅਸੀਂ ਫਿਰ ਉੱਥੇ ਕੈਂਪਾਂ 'ਚ ਸਾਨੂੰ ਰੋਟੀ ਪਾਣੀ ਮਿਲਦਾ ਹੈ ਜੀ, ਮੱਕੀ ਦੀਆਂ ਰੋਟੀਆਂ ਜੀ ਅਤੇ ਛੋਲਿਆਂ ਦੀ ਸਬਜ਼ੀ। ਛੋਲਿਆਂ ਦੀ ਸਬਜ਼ੀ ਉਹ ਜਦੋਂ ਅਸੀਂ ਫੜ ਕੇ ਧਰਦੇ ਰੋਟੀਆਂ ਦੇ ਉੱਤੇ, ਉਹ ਕੁਛ ਰੁੜ ਜਾਂਦੇ ਕੁਛ ਰੋਟੀ। ਫਿਰ ਸਾਨੂੰ ਪਟਿਆਲੇ ਵਾਲੇ ਨੇ ਅਲਾਟਮੈਂਟ ਸ਼ੁਰੂ ਕਰਤੀ। ਅਲਾਟਮੈਂਟ ਸ਼ੁਰੂ ਕਰਤੀ? ਹਾਂ, ਵੀ ਤੁਸੀਂ ਇਹ ਜਿਹੜੇ ਮੁਸਲਮਾਨਾਂ ਦੀਆਂ ਜ਼ਮੀਨਾਂ ਨੇ ਨਾ, ਇਹ 20-20 ਵਿਘੇ ਤੁਹਾਨੂੰ ਦਿੰਦੇ ਇੱਕ ਬੰਦੇ ਨੂੰ ਜੀ। ਇੱਕ ਜਿਹੜਾ ਬੰਦਾ ਪੂਰਾ ਦਾੜੀ ਵਾਲਾ ਹੈ, ਹੈਂ, ਹਾਂਜੀ, ਉਹਨੂੰ 20 ਵਿਘੇ 20 ਵਿਘੇ ਜ਼ਮੀਨ ਅਲਾਟ ਹੋ ਗਈ। ਅਲਾਟ ਅਲਾਟਮੈਂਟ ਹੋ ਗਈ ਉਸ ਟਾਈਮ। ਹਾਂ, ਅਸੀਂ ਉਸ ਵੇਲੇ ਫਿਰ ਅਲਾਟ ਸਾਡੇ ਬੰਦਿਆਂ ਨੇ ਲਹਿਰੇ ਕਰਾ ਲਈ ਜੀ। ਲਹਿਰੇ ਵਿੱਚ ਸਾਨੂੰ 20-20 ਵਿਘੇ ਜ਼ਮੀਨ ਮਿਲ ਗਈ ਲਹਿਰੇ ਦੀ। ਹਾਂ, ਖੇਤੀ ਤਾਂ ਅਸੀਂ ਕੀ ਕਰਨੀ ਸੀ, ਲੋਕਾਂ ਨੂੰ ਵਡਾਈ ਛਡਾਈ ਅਤੇ ਦੇ ਦੂ ਦਿੱਤੀ, ਕੁਛ ਨਾ ਕੁਛ ਚੱਲ ਕਾਰੋਬਾਰ ਠੀਕ ਹੋ ਗਿਆ ਜੀ। ਅਤੇ ਤੁਸੀਂ ਲਹਿਰੇ ਕਾਕੇ ਦੇ ਵਿੱਚ ਕਿੰਨਾ ਟਾਈਮ ਰਹੇ? ਲਹਿਰੇ ਕਾਕੇ 'ਚ ਅਸੀਂ 5 ਸਾਲ ਰਹੇ ਜੀ। ਉਸ ਤੋਂ ਬਾਅਦ ਆ ਗਏ ਇੱਥੇ? ਹਾਂਜੀ, ਉਹ 3 ਸਾਲਾਂ ਬਾਅਦ ਅਲਾਟਮੈਂਟ ਹੋਣ ਲੱਗ ਗਈ ਜੀ। ਉਹ ਸਾਡੀ ਅਲਾਟਮੈਂਟ ਜਿਹੜੀ ਹੈ ਨਹੀਂ ਆਈ, ਥੋੜ੍ਹੀ ਆਈ। ਹਾਂ, ਇਸ ਕਰਕੇ 2 ਵਾਰ ਮੇਰਾ ਬਾਪੂ ਜੀ ਵੀ ਪਾਕਿਸਤਾਨ 'ਚ ਗਿਆ ਜੀ, ਵੀ ਸਾਡੀ ਜ਼ਮੀਨ ਉੱਧਰ ਕੋਲ ਪਤਾ ਲੈ ਕੇ ਆਓ ਜੀ। ਹਾਂ, ਅਤੇ ਨਹੀਂ ਕੋਈ ਗੱਲ ਬਣੀ ਤਾਂ ਫਿਰ ਮੇਰੇ ਬਾਪੂ ਜੀ ਸਾਨੂੰ 1962 ਜੀ 2 ਵਾਰ ਪਾਕਿਸਤਾਨ ਗਏ। ਉਹ 1947 ਤੋਂ ਬਾਅਦ 2 ਵਾਰ? ਹਾਂ, 2 ਵਾਰ ਜੀ। ਉਹਨਾਂ ਦਾ ਕੀ ਨਾਂ ਸੀ ਜੀ? ਉਹਨਾਂ ਦਾ ਨਾਮ ਮੋਹਰ ਸਿੰਘ ਸੀ ਜੀ, ਬਾਬਾ ਮੋਹਰ ਸਿੰਘ ਕਰਕੇ। ਬਾਬਾ ਮੋਹਰ ਸਿੰਘ ਕਰਕੇ ਜਾਣਦੇ ਸੀ? ਹਾਂ, ਜਾਣਦੇ ਸੀ ਜੀ। ਅਤੇ ਤੁਹਾਡੇ ਪਰਿਵਾਰ ਦਾ ਕੋਈ, ਮਤਲਬ ਕਿ ਜਿਹੜੇ ਤੁਹਾਡੇ ਨਾਲ ਆਏ ਸੀ ਚਾਚਾ ਜੀ ਤਰਲੋਕ ਸਿੰਘ ਜੀ, ਉਹ ਵੀ ਤੁਹਾਡੇ ਕੋਲ ਹੀ ਰਹਿੰਦੇ ਨੇ? ਉਹ ਥੋੜ੍ਹਾ ਜਿਹਾ ਸਾਡੇ ਕੋਲ ਰਹਿ ਗਏ, ਸਾਡੀ ਭੂਆ ਸੀ ਜੀ, ਉਹ ਬੋਹਾ ਰਹਿੰਦੇ ਸਨ, ਉਹਨਾਂ ਦਾ ਪਰਿਵਾਰ ਬੋਹਾ, ਜ਼ਿਲ੍ਹਾ ਮਾਨਸਾ 'ਚ। ਹਾਂ, ਜ਼ਿਲ੍ਹਾ ਮਾਨਸਾ 'ਚ ਜੀ। ਮਾਨਸਾ ਤਾਂ ਖੈਰ ਚਲੋ ਉਦੋਂ ਤਾਂ ਨਹੀਂ ਸੀ, ਅਤੇ ਹੁਣ ਤਾਂ ਮਾਨਸਾ ਹੀ ਜੀ। ਹੁਣ ਤਾਂ ਮਾਨਸਾ ਹੀ ਹੈ ਜੀ। ਹਾਂ, ਅਤੇ ਉਹ ਉਹਨਾਂ ਦੇ ਪਰਿਵਾਰ ਕੋਲ ਰਹਿਣ ਲੱਗ ਗਏ ਜੀ, ਉਹ ਅੱਡੋ ਅੱਡ ਰਹਿਣ ਲੱਗ ਗਏ, ਉਹ ਆਪਣੇ ਘਰ 'ਚ, ਉਹ ਆਪਣੇ ਘਰਾਂ 'ਚ, ਉੱਥੇ ਕੰਮ ਕਰਕੇ ਉੱਥੇ ਗੁਜ਼ਾਰਾ ਕਰਦੇ ਨੇ ਜੀ। ਅਸੀਂ ਵੀ ਉਹ ਕਰਦੇ ਨੇ। ਹਰੇ, ਕਿੰਨੇ ਬੇਟੇ ਨੇ ਤੁਹਾਡੇ? ਮੇਰੇ 4 ਪੁੱਤਰ 4 ਪੁੱਤਰ ਅਤੇ ਇੱਕ ਲੜਕੀ ਆ ਜੀ, ਇੱਕ ਲੜਕੀ। ਹਾਂ, ਚਲੋ, ਮਤਲਬ ਕਿ ਵਧੀਆ, ਇੱਥੇ ਖੁਸ਼ੀ ਦਾ? ਹਾਂ, ਬੜਾ ਖੁਸ਼ੀ ਦਾ, ਬੜਾ। ਚਲੋ, ਹਾਂ, ਸ਼ੁਕਰ ਹੈ ਜੀ ਇਹ ਵੀ। ਅਤੇ ਕਈ ਵਾਰੀ ਫਿਰ ਮਨ ਦੇ ਵਿੱਚ ਜਿਹੜੇ ਉਹ ਪੁਰਾਣੇ ਖਿਆਲ ਨੇ, ਉਹ ਤਾਂ ਫਿਰ ਉਹ ਤਾਂ ਪਾਕਿਸਤਾਨ ਟੁੱਟ ਜਾਂਦੇ ਨੇ, ਜਦੋਂ ਜੀ ਕਰੇ ਟੁੱਟ ਜਾਂਦੇ ਆ, ਬੈਠੇ ਬੈਠੇ ਟੁੱਟ ਜਾਂਦੇ ਆ, ਅਤੇ ਆ ਜਾਂਦੇ ਆ, ਦੇਖ ਵੀ ਲੈਂਦੇ ਆ, ਦੇਖ ਵੀ ਲੈਂਦੇ ਆ ਜੀ। ਅਤੇ ਅੱਖਾਂ ਦੇ ਸਾਹਮਣੇ ਜਿਹੜਾ ਉਹ ਸੀਨ ਹੈ ਜਿਹੜਾ, ਹਾਂ, ਉਹ ਆ ਜਾਂਦਾ, ਨਹੀਂ ਜਾਂਦਾ ਜੋ ਵਕਤ ਗੁਜ਼ਾਰਿਆ ਹੁੰਦਾ ਜੀ, ਵਕਤ ਗੁਜ਼ਾਰਿਆ। ਚਲੋ, ਸੋ ਚਲੋ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਹੈ ਕਿ ਨਾ, ਜਿੱਥੇ ਉਹ ਰੱਖੇ ਰਹਿਣਾ ਪਏਗਾ, ਰਹਿਣਾ ਪੈਂਦਾ ਜੀ, ਇਹ ਨਹੀਂ ਗੱਲ ਹੈ ਕੋਈ, ਉਹਦੇ ਅੱਗੇ ਉਜਰ ਕੋਈ ਨਹੀਂ। ਬਿਲਕੁਲ ਜੀ, ਡਾਢਾ, ਬਿਲਕੁਲ ਜੀ, ਡਾਢਾ ਕੁਦਰਤ ਦਾ ਹੀ ਸਾਰਾ ਕੁਛ ਹੈ। ਸੋ ਦੋਸਤੋ, ਅਸੀਂ ਸਰਦਾਰ ਸੁੱਚਾ ਸਿੰਘ ਜੀ ਚਹਿਲ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਕੀਤੀ 1947 ਦੇ ਵਾਕਿਆ ਦੀ, ਜੋ ਕੁਛ ਇਹਨਾਂ ਨੇ ਅੱਖੀਂ ਵੇਖਿਆ। ਸੋ ਇਹਨਾਂ ਨੇ ਆਪਣਾ ਪਿੰਡ ਸਾਰਾ ਕੁਛ ਦੱਸ ਦਿੱਤਾ। ਅੱਜ ਕੱਲ੍ਹ ਇਹ ਪਿੰਡ ਹਰਿਆਊ, ਜ਼ਿਲ੍ਹਾ ਸੰਗਰੂਰ, ਤਹਿਸੀਲ ਲਹਿਰਾ ਗਾਗਾ, ਪੰਜਾਬ ਦੇ ਵਿੱਚ ਰਹਿੰਦੇ ਨੇ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ, ਤਾਂ ਕਿ ਇਹਨਾਂ ਦੇ ਜੋ ਰਿਸ਼ਤੇਦਾਰ ਪਾਕਿਸਤਾਨ ਦੇ ਵਿੱਚ ਰਹਿੰਦੇ ਨੇ, ਉਹਨਾਂ ਕੋਲ ਇਹ ਵੀਡੀਓ ਪਹੁੰਚ ਸਕੇ। ਅਤੇ ਆਪਣੇ ਮਿੱਤਰਾਂ ਨੂੰ ਜਿੰਨੇ ਕੁ ਹੋ ਸਕਦਾ ਆਪਾਂ ਕੋਸ਼ਿਸ਼ ਕਰੀਏ ਕਿ ਇਹ ਆਪਸ ਦੇ ਵਿੱਚ ਮਿਲ ਲੈਣ। ਸੋ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੁਸੀਂ ਇੰਨਾ ਸਮਾਂ ਕੱਢਿਆ ਜੀ, ਕਿਉਂਕਿ ਸਾਡਾ ਵੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਅੱਗੇ ਲੈ ਕੇ ਆਈਏ, ਤਾਂ ਕਿ ਲੋਕਾਂ ਨੂੰ ਪਤਾ ਲੱਗ, ਤਾਂ ਕਿ ਲੋਕਾਂ ਨੂੰ ਪਤਾ ਲੱਗ ਰਿਹਾ। ਸਤਿ ਸ਼੍ਰੀ ਅਕਾਲ।